a South Asian Canadian channel. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਮ ਆਰ 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 ਦੇ ਗੀਤ ਨਾਟੂ ਨਾਟੂ ਦੇ 골ਡਨ ਗਲੋਬਲ ਪੁਰਸਕਾਰ ਸਮਾਰੋਹ ਵਿੱਚ ਸਰਵ ਸ੍ਰੇਸ਼ਟ ਗੀਤ ਦਾ ਪੁਰਸਕਾਰ ਜਿੱਤਣ ਉਤੇ ਫਿਲਮ ਨਾਲ ਜੁੜੇ ਕਈ ਕਲਾਕਾਰਾਂ ਨੂੰ ਬੁੱਧਵਾਰ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਸਨਮਾਨ ਨਾਲ ਹਰ ਭਾਰਤੀ ਨੇ ਮਾਣ ਮਹਿਸੂਸ ਕੀਤਾ ਹੈ ਮੋਦੀ ਨੇ ਇੱਕ ਟਵੀਟ ਚ ਕਿਹਾ ਇਹ ਇੱਕ ਬਹੁਤ ਹੀ ਵਿਸ਼ੇਸ਼ ਉਪਲਬਧੀ ਹੈ ਐਮ ਐਮ ਕਿਰਾਮਨੀ ਪ੍ਰੇਮ ऋक्षित काल पैरव चंद्र बोस राहुल सिप्ली गुंज ਨੂੰ ਵਧਾਈ ਦਿੱਤੀ ਮੈਂ ਐਸ ਐਸ ਰਾਜਮੋਲੀ ਜੂਨੀਅਰ ਐਨਟੀਆਰ ਰਾਮਚਰਨ ਅਤੇ ਆਰ 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 ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਇਸ ਸਨਮਾਨ ਨਾਲ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ ਡਾਇਰੈਕਟਰ ਐਸ ਐਸ ਰਾਜਮੋਲੀ ਦੀ ਫਿਲਮ ਆਰ 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 ਨੇ 2023 골ਡਨ 글로ਬ ਐਵਾਰਡ ਚ ਆਪਣੇ ਲੋਕਪ੍ਰੀਏ ਗੀਤ 나ਟੂ 나ਟੂ ਲਈ ਸਰਵ ਸ੍ਰੇਸ਼ਟ ओरिजिनल Song ਮੋਸ਼ਨ ਪਿਕਚਰ ਸ਼੍ਰੇਣੀ ਦਾ ਪੁਰਸਕਾਰ ਆਪਣੇ ਨਾਮ ਕਰ ਲਿਆ ਇਸ ਸ਼੍ਰੇਣੀ ਚ 나ਟੂ 나ਟੂ ਨੇ ਟੇਲਰ ਸਵਿਫਟ ਦੇ ਗੀਤ ਕੈਰੋਲਿਨਾ ਗ੍ਰੈਗਰੀ ਮਾਨ ਦੇ ਚਾਉ ਪਾਪਾ ਲੇਡੀ ਗਾਗਾ ਦੇ ਹੋਲਡ ਮਾਈ ਹੈਂਡ ਫਿਲਮ ਬਲੈਕ ਪੈਂਥਰ ਵਕਾਡਾ ਫਾਰ ਐਵਰਨ ਦੇ ਗੀਤ ਲਿਫਟ ਮੀ ਅਪ ਨੂੰ ਮਾਤ ਦਿੱਤੀ ਹੈ ਤੇਲਗੂ ਗੀਤ 나ਟੂ 나ਟੂ ਦੇ ਸੰਗੀਤਕਾਰ ਐਮ ਐਮ ਕਿਰਾਵਨੀ ਹਨ ਅਤੇ ਇਸ ਨੂੰ ਕਾਲ ਪੈਰਵ ਅਤੇ ਰਾਹੁਲ ਸਿਪਲੀ ਗੁੰਜ ਨੇ ਆਵਾਜ਼ ਦਿੱਤੀ ਹੈ 나ਟੂ 나ਟੂ ਦਾ ਮਤਲਬ ਨੱਚਣਾ ਹੈ ਹਾਲਾਂਕਿ ਇਸ ਸੁਪਰ ਹਿੱਟ ਫਿਲਮ ਨੂੰ ਸਿਰਫ ਸ੍ਰੇਸ਼ਟ ਪਿਕਚਰ ਨਾਨ ਇੰਗਲਿਸ਼ ਸ਼੍ਰੇਣੀ ਚ ਅਰਜنٹੀਨਾ ਦੀ ਅਰਜ ਨੀਟਾ 1985 ਨੇ ਮਾ ਦਿੱਤੀ